Master,
ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਆਪ ਜੀ ਸਮੇਂ ਦੇ ਸਵਾਸਾਂ ਦਾ ਲਾਹਾ ਲੈ ਰਹੇ ਹੋ, ਵਡ ਭਾਗੇ ਹੋ। ਆਪ ਜੀ ਗੁਰਮੁਖਾਂ ਨੂੰ ਸਲਮ ਕਰ ਰਹੇ ਸੀ। ਗੁਰਮੁਖ ਪਿਆਰੇ ਕੀਰਤਨ ਦੀ ਸਾਂਝ ਪਾ ਰਹੇ ਸਨ। ਤਿੰਨ ਸ਼ਬਦ ਨੇ ਕੀਰਤਨ, ਕੀਰਤੀ, ਕੀਰਤ। ਤਿੰਨਾਂ ਦਾ ਹੀ ਅਰਥ ਹੈ ਸਿਫਤ, ਸਲਾਹ, ਉਪਮਾ, ਵਡਿਆਈ। ਤੁਸੀਂ ਗਾ ਕੇ ਵੀ ਕਰ ਸਕਦੇ ਹੋ, ਤੁਸੀਂ ਕਥਾ ਨਾਲ ਵੀ ਕਰ ਸਕਦੇ ਹੋ, ਤੁਸੀਂ ਸਿਮਰਨ ਨਾਲ ਵੀ ਕਰ ਸਕਦੇ ਹੋ। ਅਤੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਇੱਛਾ ਹੈ ਪਾਤਸ਼ਾਹ ਬਣਨ ਦੀ, ਜਿਸ ਨੂੰ ਕਿਤੇ ਉਹ ਸਿਫਤ ਸਲਾਹ ਬਖਸ਼ ਦਿੰਦਾ ਆਪਣੀ ਨਹੀਂ। ਫਿਰ ਪ੍ਰਭ ਕੇ ਸਿਮਰਨ ਸੇ ਸਰਵ ਕੇ ਰਾਜੇ, ਫਿਰ ਉਹ ਰਾਜਿਆਂ ਦੇ ਰਾਜੇ ਹੋ ਜਾਂਦੇ ਨੇ। ਇਸ ਦੀ ਤਾਂ ਇੱਛਾ ਹੈ ਨਾ ਕੋਈ ਛੋਟਾ ਮੋਟਾ ਅਹੁਦਾ ਮਿਲ ਜਾਏ। ਸਤਿਗੁਰ ਕਹਿੰਦੇ ਤੂੰ ਇੱਕ ਵਾਰੀ ਵਡਿਆਈ ਕਰ, ਤੂੰ ਬਾਦਸ਼ਾਹਾਂ ਦਾ ਬਾਦਸ਼ਾਹ। ਕਿਰਪਾ ਕਰਿਓ ਸਤਿਗੁਰ ਕੀ ਸੇਵਾ ਚਾਕਰੀ, ਸੁਖੀ ਹੂੰ ਸੁਖਸਾਰ। ਜੇ ਸੇਵਾ ਕਰਨੀ ਹੈ ਤਾਂ ਸਤਿਗੁਰ ਦੀ ਕਰਕੇ ਦੇਖ, ਚਾਕਰੀ ਕਰਨੀ ਹੈ ਤਾਂ ਮਾਲਕ ਦੀ ਕਰਕੇ ਦੇਖ। ਕਰਕੇ ਦੇਖਣੀ ਬਹਿ ਗਈ ਗੱਲਾਂ ਨਾਲ ਨਹੀਂ। ਇੱਥੇ ਮਿਲਣ ਵਡਿਆਈਆਂ ਪਾਤਸ਼ਾਹ ਜੀ ਕਹਿੰਦੇ ਨੇ, ਇਹੀ ਹੁੰਦੀ ਨਾ ਬੰਦੇ ਦੇ ਅੰਦਰ ਦੁਨੀਆਂ ਵਡਿਆਈ ਕਰੇ ਮੇਰੀ। ਪਾਤਸ਼ਾਹ ਜੀ ਕਹਿੰਦੇ ਇੱਥੇ ਮਿਲਣ ਵਡਿਆਈਆਂ, ਇੱਥੇ ਵੀ ਤੈਨੂੰ ਵਡਿਆਈਆਂ ਮਿਲਣਗੀਆਂ। ਦਰਗਾਹ ਮੁੱਖ ਦੁਆਰ, ਦਰਬਾਰ ਵਿੱਚ, ਦਰਗਾਹ ਵਿੱਚ ਜਾ ਕੇ ਉੱਥੇ ਵੀ ਜੈ ਜੈਕਾਰ ਹੋਏਗੀ। ਪਰ ਪਾਤਸ਼ਾਹ ਜੀ ਕਹਿੰਦੇ ਨੇ ਮਨੁੱਖ ਕੋਲ ਤਿੰਨ ਚੀਜ਼ਾਂ ਹੋਣ, ਫਿਰ ਪਾਪ ਤੋਂ ਬਚ ਜਾਏ ਕਦੇ ਹੋ ਨਹੀਂ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਏਕ ਮਦੀ ਦੂਜੇ ਤਰਨ ਤੀਜੇ ਅਤ ਧਨ ਧਾਮ। ਪਾਪ ਕਰੇ ਬਿਨ ਕਿਉਂ ਬਚੈ, ਫਿਰ ਕਹਿੰਦੇ ਬਚੈ ਬਚਾਵੇ ਰਾਮ। ਮਦੀ ਕਹਿੰਦੇ ਨੇ ਨਸ਼ੇ ਨੂੰ। ਨਸ਼ਾ ਜ਼ਰੂਰੀ ਨਹੀਂ ਸ਼ਰਾਬ ਦਾ ਹੋਵੇ। ਨਸ਼ਾ ਪੈਸਿਆਂ ਦਾ ਵੀ ਬਹੁਤ ਹੁੰਦਾ, ਧਨ ਦਾ ਵੀ ਬਹੁਤ ਹੁੰਦਾ ਨਸ਼ਾ। ਨਸ਼ਾ ਬਲ ਦਾ ਵੀ ਬਹੁਤ ਹੁੰਦਾ, ਨਸ਼ਾ ਕੁਰਸੀ ਦਾ ਵੀ ਬਹੁਤ ਹੁੰਦਾ, ਨਸ਼ਾ ਜਾਇਦਾਦ ਦਾ ਵੀ ਬਹੁਤ ਹੁੰਦਾ। ਇੱਕ ਦਾ ਨਸ਼ਾ ਨਹੀਂ ਇਹ ਪੀਂਦਾ, ਪਤਾ ਨਹੀਂ ਇਹਨੇ ਕਿਹੜਾ ਨਸ਼ਾ ਪੀ ਕੇ ਇਹਦੀ ਮਤ ਜਿਹੜੀ ਹੈ ਇਹ ਬਦਲ ਜਾਣੀ ਹੈ। ਮਾਲਕ ਕਹਿੰਦੇ ਏਕ ਮਦੀ, ਕਹਿੰਦੇ ਇੱਕ ਨਸ਼ਈ ਹੋਵੇ ਬੰਦਾ। ਦੂਜੇ ਤਰਨ, ਤਰਨ ਕਹਿੰਦੇ ਨੇ ਜਵਾਨੀ ਨੂੰ। ਅਸਲ 'ਚ ਇਹ ਜਿਹੜੀ ਜਵਾਨੀ ਹੈ ਨਾ, ਸੁੰਦਰਤਾ ਜਿਹੜੀ ਹੈ, ਇਹ ਆਪਣੇ ਆਪ ਵਿੱਚ ਇੱਕ ਸਿਫਾਰਿਸ਼ ਹੈ ਸੰਸਾਰ ਵਿੱਚ। ਇਸ ਨੂੰ ਕਿਸੇ ਸਿਫਾਰਿਸ਼ ਦੀ ਲੋੜ ਨਹੀਂ ਪੈਂਦੀ ਸੁੰਦਰਤਾ ਨੂੰ। ਵੱਡੇ ਵੱਡੇ ਢਹਿ ਜਾਂਦੇ ਨੇ ਮੋਹ ਦੇ ਨਾਲ, ਪ੍ਰਭਾਵਿਤ ਹੋ ਜਾਂਦੇ ਨੇ ਬੇਨਤੀ ਕਰਨ। ਸਤਿਗੁਰ ਕਹਿੰਦੇ ਦੂਸਰਾ ਕਿਤੇ ਜਵਾਨੀ ਹੋਵੇ, ਤੀਜੇ ਅਤ ਧਨ ਧਾਮ। ਧਨ ਹੋਵੇ, ਧਾਮ ਕਹਿੰਦੇ ਨੇ ਕੋਠੀਆਂ ਮਹਿਲਾਂ ਨੂੰ। ਸਤਿਗੁਰ ਕਹਿੰਦੇ ਨੇ ਪਾਪ ਕਰੇ ਬਿਨ ਕਿਉਂ ਬਚੇ,
ਇਹ ਕਿਵੇਂ ਹੋ ਸਕਦਾ ਹੈ ਪਾਪ ਕਰਨ ਨੂੰ ਬਚਿਆ ਤਿੰਨੇ ਚੀਜ਼ਾਂ ਹੁਣ। ਪਰ ਫਿਰ ਵੀ ਬਾਲਕ ਕਹਿੰਦੇ ਨੇ ਬਚਿਆ, ਬਚ ਸਕਦਾ ਬਚਾਵੇ ਰਾਮ। ਜੇ ਕਿਤੇ ਸਤਿਗੁਰੂ ਬਚਾ ਲਿਆ, ਅਕਾਲ ਪੁਰਖ ਬਚਾ ਲਿਆ ਤਾਂ ਬਚ ਸਕਦਾ, ਨਹੀਂ ਤਾਂ ਸੰਭਾਵਨਾ ਕੋਈ ਨਹੀਂ। ਬੜਾ ਖਤਰਨਾਕ ਰਸਤਾ ਹੈ, ਗਲੀਏ ਚਿੱਕੜ ਦੂਰ ਕਰ। ਕਹਿੰਦੇ ਬਾਬਾ ਫਰੀਦ ਸਾਹਿਬ ਕਹਿੰਦੇ ਜਿੱਥੋਂ ਨਹੀਂ ਲੰਘਣਾ ਨਾ, ਉਹ ਗਲੀ ਜਿਹੜੀ ਹੈ ਬੜੀ ਸਲਿਪਰੀ ਆ, ਚਿੱਕੜ ਹੈ ਉਸ ਗਲੀ ਵਿੱਚ। ਦੁਨਿਆਵੀ ਚਿੱਕੜ ਨੂੰ ਪਾਰ ਕਰਨਾ ਕੋਈ ਵੱਡਾ ਮੁਸ਼ਕਿਲ ਨਹੀਂ ਹੁੰਦਾ, ਜਿਸ ਪ੍ਰੇਮ ਦੀ ਗਲੀ ਵਿੱਚ ਇਸ ਨੇ ਲੰਘਣਾ, ਉਸ ਗਲੀ ਵਿੱਚ ਕਾਮ ਦਾ ਚਿੱਕੜ ਹੈ, ਕ੍ਰੋਧ ਦਾ ਚਿੱਕੜ ਹੈ, ਲੋਭ ਦਾ ਚਿੱਕੜ ਹੈ, ਹੰਕਾਰ ਦਾ ਚਿੱਕੜ ਹੈ, ਈਰਖਾ ਦਾ ਚਿੱਕੜ ਹੈ, ਮੈਂ ਮੇਰੀ ਦਾ ਚਿੱਕੜ ਹੈ, ਤ੍ਰਿਸ਼ਨਾ ਦਾ ਚਿੱਕੜ ਹੈ। ਇੱਕ ਵਾਰੀ ਡਿੱਗ ਪੈਂਦਾ ਫਿਰ ਉੱਠਦਾ, ਫਿਰ ਡਿੱਗ ਪੈਂਦਾ। ਇੱਕ ਵਾਰੀ ਕਹਿ ਦਿਓ ਸਦਨਾ ਵਾਹਿਗੁਰੂ। ਤੇ ਬਾਬਾ ਜੀ ਕਹਿੰਦੇ ਗਲੀਏ ਚਿੱਕੜ ਦੂਰ ਕਰ ਨਾਲ ਪਿਆਰ ਲਿਆਓ। ਪ੍ਰੀਤ ਹੈ ਪਰ ਗਲੀ ਜਿਹੜੀ ਆ ਲੰਘਣ ਨਹੀਂ ਦਿੰਦੀ, ਕਰਾਂਗੀ ਇੱਕ ਚਿੱਕੜ ਥੋੜ੍ਹੀ ਹੈ ਕਿਤੇ। ਬਹੁਤ ਔਖਾ ਹੈ, ਸੁਚੇਤ ਹੋ ਕੇ ਜਾਣਾ ਪੈ ਗਿਆ ਜਿਹੜਾ ਵੀ ਕੋਈ ਜਾਣਾ ਚਾਹੁੰਦਾ। ਇਹ ਡਿੱਗ ਪੈਂਦਾ ਬਾਰ ਬਾਰ ਡਿੱਗਦਾ, ਤੇ ਰੱਬ ਦੇ ਪਿਆਰੇ ਕਹਿੰਦੇ ਕੋਈ ਗੱਲ ਨਹੀਂ, ਜੇ ਤੂੰ ਡਿੱਗਦਾ ਨਾ ਉੱਠ ਕੇ ਫਿਰ ਇਸ਼ਨਾਨ ਕਰ ਲੈ, ਫਿਰ ਚੱਲ ਪੈ, ਫਿਰ ਡਿੱਗ ਪਏਗਾ ਫਿਰ ਚੱਲ ਪਏ, ਫਿਰ ਇਸ਼ਨਾਨ ਕਰ ਲੈ। ਪਰ ਜੇ ਤੂੰ ਉੱਥੇ ਹੀ ਬਹਿ ਜਾਣਾ ਤਾਂ ਮੇਰੇ ਤੋਂ ਨਹੀਂ ਚੱਲ ਹੁੰਦਾ, ਫਿਰ ਰਸਤਾ ਨਹੀਂ ਤੈਅ ਹੋਣਾ। ਡਿੱਗਣ ਦੀ ਸੰਭਾਵਨਾ ਤਾਂ ਬਣੀ ਹੋਈ ਹੈ, ਬਣੀ ਰਹਿੰਦੀ ਹੈ ਉੱਥੇ। ਇੱਕ ਵੀ ਨਾਲ ਕਿਤੇ ਟਕਰਾ ਜਾਏ ਗੁਰਮੁਖ, ਆਪ ਜੀ ਸਖਤ ਤੋਂ ਆਏ ਹੋ, ਮੇਨ ਰੋਡ 'ਤੇ ਜੀ ਟੀ ਰੋਡ ਕਹਿ ਲਈਏ, ਟਰੱਕ ਟਰਾਲੇ ਗੱਡੀਆਂ ਕਾਰਾਂ ਥੋੜ੍ਹਾ ਜਿਹਾ ਅਣਗਹਿਲੀ ਕਰ ਲਈਏ, ਐਕਸੀਡੈਂਟ ਹੋ ਜਾਂਦਾ ਅਤੇ ਉੱਥੇ ਜੀਵਨ ਕਈ ਵਾਰੀ ਚਲੇ ਜਾਂਦਾ ਮਨੁੱਖ ਦਾ। ਇਸ ਦੇ ਅੰਦਰ ਵੀ ਬਹੁਤ ਵੱਡੀ ਟ੍ਰੈਫਿਕ ਹੈ, ਇੱਕ ਦੇ ਨਾਲ ਵੀ ਟਕਰਾ ਜਾਏ ਉੱਥੇ ਹੀ ਮੁੱਕ ਜਾਂਦਾ। ਆਖੋ ਸਤਨਾਮ ਵਾਹਿਗੁਰੂ। ਉੱਥੇ ਡਿੱਗ ਪੈਂਦਾ, ਉੱਥੇ ਜੀਵਨ ਖਤਮ ਹੋ ਜਾਂਦਾ, ਉੱਥੇ ਜੀਵਨ ਲਗਾ ਦਿੰਦਾ। ਪਾਤਸ਼ਾਹ ਜੀ ਕਹਿੰਦੇ ਨੇ ਸੁਆਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਿਤ ਨਹੀਂ ਨਿਭਾ। ਕੁੱਕਰ ਦੀ ਐਗਜ਼ਾਮਪਲ ਦਿੱਤੀ, ਉਦਾਹਰਨ ਦਿੱਤੀ, ਕਹਿੰਦੇ ਜਿਵੇਂ ਮਾਲਕ ਨੇ ਕੋਈ ਕੁੱਕਰ ਰੱਖਿਆ ਹੋਵੇ, ਕੁੱਤਾ ਰੱਖਿਆ ਹੋਵੇ, ਇਸ ਦਾ ਸੁਭਾਅ ਹੈ ਇਹ ਵਫ਼ਾਦਾਰ ਬਹੁਤ ਹੈ। ਕਬੀਰ ਸਾਹਿਬ ਵੀ ਕਹਿੰਦੇ ਹਮ ਕੁੱਕਰ ਤੇਰੇ ਦਰਬਾਰ, ਭੌਂਕੇ ਆ ਗਏ ਸਾਰੀ ਜ਼ਿੰਦਗੀ ਲੰਘ ਗਈ ਮਾਇਆ ਲਈ ਭੌਂਕਦੇ ਸਨ, ਸਾਰੀ ਜ਼ਿੰਦਗੀ ਕੁਰਸੀ ਲਈ ਭੌਂਕਦੇ ਲੰਘ ਗਈ, ਸਾਰੀ ਜ਼ਿੰਦਗੀ ਆਪਣੇ ਲਈ ਭੌਂਕਦੇ ਲੰਘ ਗਈ। ਪਰ ਰੱਬ ਦੇ ਪਿਆਰੇ ਕਹਿੰਦੇ ਨੇ ਜੇ ਭੌਂਕਣਾ ਹੀ ਹੈ ਤਾਂ ਉਹਦੀ ਉਸਤਤ ਵਿੱਚ ਹੀ ਭੌਂਕ ਲਿਆ ਕਰ, ਤੇਰਾ ਸੁਭਾਅ ਤਾਂ ਪੂਰਾ ਹੋ ਜਾਏ। ਜਦ ਉਸਦੀ ਉਸਤਤ ਵਿੱਚ ਭੌਂਕੇਗਾ ਤਾਂ ਦੇਖ ਕੀ ਕਹਿੰਦੇ ਬਾਬਾ ਜੀ, ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਵਦਨ ਸਾਹ, ਅਦੇਖ ਦਾਤਾ ਤੇਰੇ ਦਰ ਤੇ ਇਸ ਕੂਕਰ ਦੀ ਤਰ੍ਹਾਂ ਪਏ ਹਨ। ਪਰ ਕੂਕਰ ਵੀ ਇੱਕ ਤਰ੍ਹਾਂ ਦਾ ਹੀ ਨਹੀਂ ਨਾ, ਦੂਸਰੇ ਪਾਸੇ ਪਾਤਸ਼ਾਹ ਜੀ ਕਹਿੰਦੇ ਜਿਉਂ ਕੂਕਰ ਹਲਕਾਇਆ ਧਾਵੈ ਤਹਿ ਤੇ ਸਜਾਏ, ਕਹਿੰਦੇ ਹਲਕਿਆ ਹੋਇਆ ਜਿਵੇਂ ਕੁੱਤਾ, ਕੂਕਰ ਜਿਹੜਾ ਦਿਸ਼ਾਹੀਣ ਹੋ ਜਾਂਦਾ, ਅਕਰ ਪੱਕਰ ਹੋ ਜਾਂਦਾ ਜੇ ਪੰਕਤੀ ਕਿਤੇ ਸੱਜ ਸੋਝੀ ਵਿੱਚ ਆ ਜਾਏ ਤਾਂ। ਕਹਿੰਦੇ ਜਿਉਂ ਕੂਕਰ ਹਰਕਾਇਆ ਧਾਵੈ ਤਹਿ ਦਿਸ ਜਾਏ, ਲੋਭੀ ਜੰਤ ਨਾ ਜਾਣੀ ਭਖ ਅਪਖ ਸਭ ਖਾਏ। ਕਹਿੰਦੇ ਜਿਵੇਂ ਇਹ ਵਿਚਾਰਾ ਹਲਕ ਗਿਆ, ਇਹ ਦਿਸ਼ਾਹੀਣ ਹੋ ਗਿਆ, ਅਤੇ ਦਿਸ਼ਾਹੀਣ ਹੋਇਆ ਹੋਇਆ ਕੁੱਤਾ ਆਪਣੇ ਮਾਲਕ ਨੂੰ ਵੀ ਕਈ ਵਾਰੀ ਵੱਢ ਖਾਂਦਾ। ਕਹਿੰਦੇ ਲੋਭੀ ਪੁਰਸ਼ ਜਿਹੜਾ ਇਹ ਉਸ ਦਿਸ਼ਾ ਹੀਣ ਕੂਕਰ ਵਰਗਾ
ਇਹਨੂੰ ਕਿਤੇ ਵੀ ਮਾਇਆ ਮਿਲ ਜਾਏ ਇਸਨੇ ਇਕੱਠੀ ਕਰ ਲੈਣੀ। ਮੈਂ ਵੀ ਤੁਹਾਡੇ ਨਾਲ ਨਾ ਕਿਤੇ ਰੋਜ਼ ਇਹ ਨਾ ਕਹਿਓ ਵੀ ਉੱਥੇ ਕਿ ਤੁਸੀਂ ਸੂਈ ਰੱਖ ਦਿਓ, ਮਿਲ ਜਾਏ ਤੇ ਸਹੀ। ਇਹ ਹਰ ਇਮਾਨ ਵੇਚਣ ਨੂੰ ਤਿਆਰ ਰਹਿੰਦਾ, ਹਰ ਇਮਾਨ। ਕੀ ਕਹਿੰਦੇ ਨੇ, ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਿਤ ਨਹੀਂ ਨਿਤ। ਸਾਈਂ ਬੁੱਲੇ ਸ਼ਾਹ ਕਹਿੰਦੇ ਨੇ, ਕਹਿੰਦੇ ਨੇ ਰਾਤੀ ਜਾਗੇ ਤੇ ਪੀਰ ਕਹਾਵੇਂ। ਰਾਤ ਕਿਤੇ ਬੈਠੇ ਸੀ ਬੰਦਗੀ 'ਚ, ਮਨ ਵਿੱਚ ਆ ਗਿਆ ਵੀ ਬੁੱਲੇ ਬੁੱਲਿਆ ਤੇਰੇ ਵਰਗਾ ਵੀ ਭਗਤ ਨਹੀਂ, ਤੇਰੇ ਵਰਗਾ ਵੀ ਬੰਦਗੀ ਵਾਲਾ ਨਹੀਂ। ਕਹਿੰਦੇ ਅੰਦਰੋਂ ਆਵਾਜ਼ ਆਈ, ਬੁੱਲਿਆ ਰਾਤੀ ਜਾਗੇ ਤੇ ਪੀਰ ਕਹਾਵੇਂ। ਬਸ ਇੰਨੀ ਗੱਲ ਤੇ ਵੀ ਤੂੰ ਰਾਤ ਜਾਗਣਾ ਤੈਨੂੰ ਪੀਰ ਕਹਿੰਦੇ ਹੰਕਾਰ ਆ ਗਿਆ। ਰਾਤੀ ਜਾਗਣ ਕੁੱਤੇ ਨਾ ਦੇਖੇ ਵੀ ਜਾਗਦੇ ਨੇ, ਰਾਤ ਸੱਜਣ ਦੀ ਰਾਖੀ ਕਰਦੇ, ਦਿਨੇ ਜਾ ਰੂੜੀ ਤੇ ਸੁੱਤੇ ਉੱਤੇ ਤੋਂ ਉੱਤੇ। ਆ ਦੇਖ ਇਹ ਬੈੱਡ ਨਹੀਂ ਮੰਗਦੇ, ਤੈਨੂੰ ਤੇ ਡਨ ਲੋਕ ਦੇ ਬੈੱਡ ਮਿਲੇ ਹੋਏ ਨੇ ਭੋਲਿਆ। ਆ ਦੇਖ ਮਾਲਕ ਦੀ ਰਾਖੀ ਕਰਦੇ, ਦਿਨੇ ਰੂੜੀ ਤੇ ਸੌ ਜਾਂਦੇ ਨੇ, ਦਿਨੇ ਰਜਾ ਰੂੜੀ ਤੇ ਸੁੱਤੇ ਉੱਤੇ ਤੋਂ ਉੱਤੇ। ਮਾਲਕ ਦਾ ਉਹ ਤਰ ਨਹੀਂ ਛੱਡਦੇ, ਭਾਵੇਂ ਸੌ ਸੌ ਮਾਰੇ ਜੁੱਤੇ। ਉੱਠ ਹੋਏ ਬੋਲਿਆ ਸਾਈ ਮਨਾ ਲੈ, ਨਹੀਂ ਤੇ ਬਾਜੀ ਲੈ ਗਏ ਕੁੱਤੇ ਉੱਤੇ ਤੋਂ ਉੱਤੇ। ਹਾਂ ਦੇਖ ਤੇਰੇ ਨਾਲੋਂ ਚੰਗੇ ਕੂਕਰ ਨੇ ਜਿਹੜੇ ਬਾਜੀ ਲੈ ਗਏ। ਕਦੇ ਕਦੇ ਦੇਖੀਦਾ ਕੁੱਤੇ ਨੂੰ ਮਾਰ ਵੀ ਦੇਈਏ ਨੀ, ਫਿਰ ਵੀ ਸੱਟਾਂ ਖਾ ਕੇ ਮਾਲਕ ਦੇ ਮੰਜੇ ਥੱਲੇ ਬੈਠ ਜਾਂਦਾ। ਸਾਨੂੰ ਤਾਂ ਕੋਈ ਇੱਕ ਸ਼ਬਦ ਕਹਿ ਦੇ ਭਾਵੇਂ ਗੁਰੂ ਘਰ 'ਚ, ਕਹਿੰਦਾ ਮਰਨੀ ਮਰ ਜਾਣਾ, ਉੱਥੇ ਮੱਥਾ ਨਹੀਂ ਟੇਕਣ ਜਾਣਾ। ਆਖ ਸਭਨਾ ਵਾਹਿਗੁਰੂ, ਤੇਰੇ ਨਾਲੋਂ ਤੇ ਜਾਨਵਰ ਚੰਗੇ ਨੇ, ਤੇਰੇ ਨਾਲੋਂ ਬੰਦਿਆ ਜਾਨਵਰ ਚੰਗੇ ਨੇ। ਆ ਦੇਖ ਮਾਲਕ ਰੋਜ਼ ਝਿੜਕੇ ਮਾਰਦਾ, ਪਰ ਮਾਲਕ ਉਸ ਕੂਕਰ ਨੂੰ ਪਸੰਦ ਕਰਦਾ ਜਿਹੜਾ ਬਰਤਨਾਂ ਵਿੱਚ ਮੂੰਹ ਨਹੀਂ ਪਾਉਂਦਾ, ਬੈਠਾ ਰਹਿੰਦਾ। ਮਾਲਕ ਜਦ ਦਿੰਦਾ ਉਦੋਂ ਹੀ ਛਕਦਾ, ਸਦਾ ਦੇ ਮੂੰਹ ਹੀ ਵਿੱਚ ਰਹਿੰਦਾ ਬਰਤਨਾਂ ਦੇ, ਕਦੇ ਕਾਮ ਦੇ ਬਰਤਨ 'ਚ, ਕਦੇ ਲੋਭ ਦੇ ਬਰਤਨ 'ਚ, ਕਦੇ ਹੰਕਾਰ ਦੇ ਬਰਤਨ 'ਚ। ਅਸੀਂ ਤਾਂ ਮੂੰਹ ਕੱਢਦੇ ਹੀ ਨਹੀਂ ਬਰਤਨਾਂ 'ਚੋਂ, ਝੂਠ ਨਾਲ ਭਰਿਆ ਹੋਇਆ ਮਨੁੱਖ। ਕੀ ਕਹਿੰਦੇ ਨੇ ਬਾਦਸ਼ਾਹ, ਨਾਨਕ ਇਹ ਵਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਬਾਬਾ ਕਬੀਰ ਕਹਿੰਦੇ ਮਨ ਤੋਂ ਕਹੀਂ ਔਰ, ਮਨ ਤਾਂ ਕਿਤੇ ਹੋਰ ਤੁਰਿਆ ਫਿਰਦਾ, ਗੁਰਦੁਆਰਾ ਸਾਹਿਬ ਵੱਸ ਚ ਆ ਬੈਠਾ, ਗੁਰਦੁਆਰਾ ਸਾਹਿਬ 'ਚ ਹੈ, ਮਨ ਬਾਹਰ ਤੁਰਿਆ ਫਿਰਦਾ। ਬਾਬਾ ਜੀ ਕਹਿੰਦੇ ਮਨ ਤੋਂ ਕਹੀਂ ਔਰ, ਤਨ ਸਾਧਨ ਕੈ ਸੰਗ। ਲੋਕ ਕਹਿੰਦੇ ਜੀ ਉਹ ਤਾਂ ਨਿਤਨੇਮ 'ਤੇ ਬੈਠੇ ਆ, ਸਿਮਰਨ 'ਚ ਬੈਠੇ ਆ। ਬਾਬਾ ਜੀ ਕਹਿੰਦੇ ਸਿਮਰਨ 'ਚ ਕਿੱਥੇ ਬੈਠਾ ਹੈ, ਇਹ ਤਾਂ ਕੁਝ ਹੋਰ ਹੀ ਤੁਰਿਆ ਫਿਰਦਾ ਕਿਤੇ। ਮਨ ਤੋਂ ਕਹੀਂ ਔਰ, ਤਨ ਸਾਧਨ ਕੈ ਸੰਗ, ਕਹੇ ਕਬੀਰਾ ਕੋਰੀ ਕਾਨੀ, ਕੈਸੇ ਚੜਸੀ ਨਾ। ਰੰਗ ਕਿਤੇ ਹੋਰ ਆ, ਕੱਪੜਾ ਕਿਤੇ ਹੋਰ ਆ, ਪਾਣੀ ਕਿਤੇ ਹੋਰ ਆ, ਰੰਗਣ ਵਾਲਾ ਕਿਤੇ ਹੋਰ ਆ। ਤੈਨੂੰ ਸ਼ਿਕਾਇਤ ਆ ਰੰਗ ਨਹੀਂ ਚੜ੍ਹਦਾ, ਚੜ੍ਹੇ ਕਿਵੇਂ, ਤੂੰ ਤਾਂ ਖੇਡ ਰਿਹਾ ਫਿਰਦਾ। ਆਖੋ ਸਪਨਾ ਵਾਹਿਗੁਰੂ, ਕੀ ਕਹਿੰਦੇ ਸਤਿਗੁਰ ਹੋ ਚੂਰੀ ਹੈ।
ਬਾਬਾ ਬੁੱਢਾ ਜੀ ਨੇ ਇੱਕ ਗੜਵਾ ਦੁੱਧ ਦਾ ਲਿਆਂਦਾ ਪਾਤਸ਼ਾਹ ਤਿਆਰ ਹੋ ਗਏ ਪੀਰ ਬੁੱਢਣ ਸ਼ਾਹ ਜੀ ਨੇ ਇੱਕ ਵਾਰੀ ਬਾਦਸ਼ਾਹ ਜੀ ਨੂੰ ਕਿਹਾ ਮੇਰਾ ਦੁੱਧ ਛਕ ਲਓ ਪਾਤਸ਼ਾਹ ਤਿਆਰ ਹੋ ਗਿਆ ਉਸਦੀ ਮੌਜ ਦਾ ਤਾਂ ਪਤਾ ਨਹੀਂ ਲੱਗਦਾ ਸਾਹਿਬ ਦੀ ਧਰਤੀ ਤੇ ਸਰਹੰਦ ਜਿਸ ਨੂੰ ਤੁਸੀਂ ਕਹਿੰਦੇ ਹੋ ਤਿੰਨ ਦਿਨ ਸਿਰਫ ਦੁੱਧ ਪਿਲਾਇਆ ਮੋਤੀ ਰਾਮ ਮਹਿਰਾ ਜੀ ਨੇ ਜਦ ਤੱਕ ਸਾਰਾ ਪਰਿਵਾਰ ਉਸਦਾ ਉਹਨੂੰ ਵਿੱਚ ਪੀੜ ਨਹੀਂ ਸੁੱਟਿਆ ਫਿਰ ਜਾ ਕੇ ਦਿਆਲ ਹੋਇਆ ਪੰਜ ਜੀ ਨੇ ਛੇ ਸਾਲ ਦਾ ਪੁੱਤਰ ਸੀ ਮਾਤਾ ਪਿਤਾ ਸੀ ਪਤਨੀ ਤੇ ਇਹ ਆਪ ਸੀ ਪੰਜ ਪੰਜੇ ਦੇ ਪੰਜੇ ਕੋਲੂ ਦੇ ਵਿੱਚ ਨਹੀਂ ਪੀੜ ਸਕੇ ਕਦੇ ਕਦੇ ਬੰਦ ਬੰਦ ਕੱਟ ਦਿੰਦਾ ਤਾਂ ਉਹ ਕਦੇ ਕਦੇ ਦੇਗਾਂ ਚ ਉਬਾਲੇ ਖਵਾ ਲੈਂਦਾ ਫਿਰ ਤਿਆਰ ਹੁੰਦਾ ਕਦੇ ਕਦੇ ਕੀਮਾ ਕੀਮਾ ਕਰਵਾ ਸਕਦਾ ਫਿਰ ਤਿਆਰ ਹੁੰਦਾ ਗੁਰਮੁਖ ਉਸਦੀ ਦਿਆਲਤਾ ਦਾ ਕੋਈ ਪੈਮਾਨਾ ਨਹੀਂ ਸਾਹਮਣੇ ਨਜ਼ਰ ਆ ਰਿਹਾ ਦਿਸ ਇਜ਼ ਦਾ ਓਨਲੀ ਮੇਜ਼ਰਮੈਂਟ ਉਸਦੀ ਮੌਜ ਹੈ ਭਾਈ ਮਨੀ ਸਿੰਘ ਉਸਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀਆਂ ਇਤਿਹਾਸ 57 ਸ਼ਹੀਦੀਆਂ ਨੇ ਤਾਂ 57 ਕਿਸੇ ਦਾ ਇੱਕ ਚੱਲ ਜਾਏ ਸੰਸਾਰ ਤੋਂ ਹੱਥ ਜੋੜ ਲੈਂਦਾ ਬਹੁਤ ਹੋ ਗਿਆ ਦੇਖ ਭਾਈ ਸਾਹਿਬ ਨੇ ਗੰਜੇ ਸ਼ਹੀਦਾਂ ਲਾ ਦਿੱਤਾ ਉਸਦੀ ਪ੍ਰਸੰਨਤਾ ਸਿੱਖ ਸਮਰਪਣ ਹੀ ਕਰਦਾ ਅੱਜ ਜਾ ਕੇ ਨਾ 10 ਮਿੰਟ ਆਪਣੇ ਆਪ ਤੇ ਲਾਉਣੇ ਮਨ ਨੇ ਹਿਸਾਬ ਦੱਸਦੇ ਹਨ 24 ਘੰਟੇ ਵਿੱਚ ਕਿੰਨੇ ਘੰਟੇ ਪਰਿਵਾਰ ਲਈ ਲਗਾਉਂਦਾ ਹੈ ਕਿੰਨੇ ਘੰਟੇ ਸੰਸਾਰ ਲਈ ਲਗਾਉਂਦਾ ਕਿੰਨੇ ਘੰਟੇ ਆਪਣੇ ਲਈ ਲਗਾਉਂਦਾ 24 ਘੰਟਿਆਂ 'ਚ ਕਿੰਨਾ ਸਮਾਂ ਗੁਰੂ ਮਹਿਮਾ ਜਗਾਉਂਦਾ ਲਾਉਂਦਾ ਹੈ ਇਸ ਨੂੰ ਪਤਾ ਲੱਗ ਜਾਣਾ ਇਹ ਨਰਕ 'ਚ ਰਹਿੰਦਾ ਕਿ ਸਵਰਗ 'ਚ ਰਹਿੰਦਾ ਕਿਸੇ ਧਰਮ ਰਾਜ ਨੂੰ ਪੁੱਛਣ ਦੀ ਲੋੜ ਨਹੀਂ ਵੀ ਇਹਨੂੰ ਨਰਕ ਮਿਲੂ ਜਾਂ ਸਵਰਗ ਮਿਲੂ ਇਸ ਨੂੰ ਪਤਾ ਆ ਪਾਤਸ਼ਾਹ ਕਹਿੰਦੇ ਮਨ ਜਾਣੇ ਸਭ ਬਾਤ ਇਹ ਕਹਿੰਦਾ ਜੀ ਐਵੇਂ ਲੋਕ ਕਹਿੰਦੇ ਮੈਂ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਐਵੇਂ ਹੋ ਗਿਆ ਕਹਿੰਦੇ ਐਵੇਂ ਕਿਵੇਂ ਹੋ ਗਿਆ ਕਿਸੇ ਅੰਗਰੇਜ਼ ਰਾਈਟਰ ਨੇ ਲਿਖਿਆ ਕਹਿੰਦੇ ਵਾਰ ਰਾਈਜ਼ਸ ਇਨ ਦਾ ਮਾਈਂਡਸ ਆਫ ਦਾ ਪੀਪਲ ਫਸਟ ਪਹਿਲੇ ਯੁੱਧ ਅੰਦਰ ਹੁੰਦਾ ਬੰਦੇ ਦੇ ਜੇ ਲੜਾਈ ਕਰਨੀ ਹੋਵੇ ਉਸ ਤਾਂ ਸਾਕਾਰ ਨੂੰ ਬਾਹਰ ਆਉਂਦਾ ਡਾਂਗਾਂ ਲਾਠੀਆਂ ਗੋਲੀਆਂ ਬੰਬ ਲੇਕਿਨ ਪਹਿਲਾਂ ਅੰਦਰ ਸ਼ੁਰੂ ਹੁੰਦੀ ਹੈ ਬਾਹਰੋਂ ਨਹੀਂ ਆਉਂਦੀ ਪਹਿਲਾਂ ਅੰਦਰ ਮਨ ਬਣਦਾ ਪਾਤਸ਼ਾਹ ਕਹਿੰਦੇ ਮਨ ਜਾਣੇ ਸਭ ਬਾਤ ਜਾਣਤ ਹੀ ਔਗਣ ਕਰੇ ਆਹ ਸੁਣ ਲੈਣਾ ਜੀ ਇਹ ਕਹਿੰਦਾ ਐਵੇਂ ਕਹਿੰਦੇ ਲੋਕ ਸਤਿਗੁਰ ਕਹਿੰਦੇ ਜਾਣ ਕੇ ਕਰਦਾ
ਇਹਨੇ ਜਾਣ ਕੇ ਸੋਚ ਕੇ ਕੀਤਾ ਜੋ ਕੁਝ ਵੀ ਖੇਹ ਘੋੜੀ ਆ, ਇਹਨੂੰ ਪਤਾ ਸਭ ਕੁਝ। ਕਾਹੇ ਕੀ ਕੁਸ਼ਲਾਤ, ਕੁਸ਼ਲਾਤ ਕਹਿੰਦੇ ਨੇ ਰਾਜੀ ਖੁਸ਼ੀ ਨੂੰ, ਜਿਵੇਂ ਅਸੀਂ ਸਹਿਜ ਹੀ ਕਹਿ ਦਈਦਾ। ਬੜੀ ਚੜ੍ਹਦੀ ਕਲਾ ਜੀ, ਤਾਂ ਜੇ ਇਹਨੂੰ ਪੁੱਛੇ ਝੂਠ ਬੋਲਣ ਦੀ ਚੜ੍ਹਦੀ ਕਲਾ ਤੇਰੀ, ਦੱਸ ਤਾਂ ਸੀ ਕਾਹਦੀ ਕਲਾ ਤੇਰੀ ਚੜ੍ਹਦੀ। ਸਿਮਰਨ ਵੱਧ ਗਿਆ, ਸੇਵਾ ਵੱਧ ਗਈ, ਨਿਰਵੈਰਤਾ ਵੱਧ ਗਈ, ਅੰਦਰ ਧਿਆਨ ਵੱਧ ਗਿਆ। ਕਿਹੜੀ ਗੱਲ ਤੇ ਤੂੰ ਕਹਿੰਦਾ ਵੀ ਬੜੀ ਚੜ੍ਹਦੀ ਕਲਾ, ਦੱਸ ਤੇ ਸਹੀ। ਤੇਰਾ ਸੁਭਾਅ ਹੀ ਪੈ ਗਿਆ ਚੜ੍ਹਦੀ ਕਲਾ ਤੋਂ ਉਦੋਂ ਹੱਸੀ ਜਦ ਧਿਆਨ ਗੁਰੂ ਚਰਨਾਂ 'ਚ ਜੁੜ ਜਾਂਦਾ, ਜਦ ਤੇਰਾ ਅੰਮ੍ਰਿਤ ਵੇਲਾ ਸਫਲ ਹੋਣ ਲੱਗਦਾ ਉਦੋਂ ਚੜ੍ਹਦੀ ਕਲਾ ਹੋ ਜਾਣੀ ਸੀ। ਕਾਹੇ ਕੀ ਕੁਸ਼ਲਾਤ, ਹਾਥ ਦੀਪ ਕੂਏ ਪੜੇ। ਬਾਬਾ ਕਬੀਰ ਕਹਿੰਦੇ ਨੇ ਕਾਹਦੀ ਖੁਸ਼ੀ ਰਾਜੀ ਖੁਸ਼ੀ, ਹੱਥ ਵਿੱਚ ਦੀਵਾ ਫੜਿਆ ਹੋਇਆ ਖੂਹ 'ਚ ਡਿੱਗ ਪਏ। ਅਸਲ ਦੀਵਾ ਵੀ ਇਹਦੇ ਕੋਲ ਬੁਝਿਆ ਹੋਇਆ, ਜਗਦਾ ਹੁੰਦਾ ਤਾਂ ਡਿੱਗਣਾ ਨਹੀਂ ਸੀ ਇਹਨੇ। ਬੁਝਿਆ ਹੋਇਆ ਦੀਵਾ ਲਈ ਫਿਰਦਾ ਏ, ਪ੍ਰੇਮ ਦੀ ਬੱਤੀ ਹੈ ਨਹੀਂ ਉਸ ਵਿੱਚ, ਸ਼ਰਧਾ ਦਾ ਤੇਲ ਹੈ ਨਹੀਂ। ਜੇ ਕਿਤੇ ਇਹ ਦੀਵਾ ਜਗਦਾ ਹੁੰਦਾ ਤਾਂ ਕਦੇ ਹੋ ਨਹੀਂ ਸੀ ਸਕਦਾ ਖੂਹ ਤੇ ਡਿੱਗ ਪੈਂਦਾ। ਐਸੀ ਗੱਲ ਨਹੀਂ ਕਿ ਰੱਬ ਦੇ ਪਿਆਰੇ ਨੂੰ ਦੱਸ ਉਹਨਾਂ ਨੂੰ ਦੁੱਖ ਨਹੀਂ ਆਉਂਦਾ। ਪਰ ਪਾਤਸ਼ਾਹ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਦੁੱਖ ਤੇ ਆਉਂਦਾ ਪਰ ਉਹ ਦੁਖੀ ਨਹੀਂ ਹੁੰਦੇ। ਇੱਕ ਵਾਰੀ ਕਹਿ ਦਿਓ ਸਤਨਾਮ ਕਿਰਪਾ ਕਰੇ। ਦੁੱਖ ਤੇ ਆਉਂਦਾ ਉਹਨਾਂ ਨੂੰ ਵੀ ਰੱਬ ਦੇ ਪਿਆਰਿਆਂ, ਪਰ ਉਹ ਦੁਖੀ ਨਹੀਂ ਹੁੰਦੇ। ਮਨਮੁੱਖ ਦੀ ਤਾਂ ਨਿਸ਼ਾਨੀ ਹੈ ਗੁਰੂ ਕੋਲ, ਉਹ ਆਪਣੇ ਦੁੱਖ ਦਾ ਕਾਰਨ ਦੂਜਿਆਂ ਨੂੰ ਕਹਿੰਦਾ। ਮੈਨੂੰ ਤਾਂ ਘਰਦਿਆਂ ਨੇ ਦੁਖੀ ਕੀਤਾ, ਮੈਨੂੰ ਤਾਂ ਰਿਸ਼ਤੇਦਾਰਾਂ ਨੇ ਦੁਖੀ ਕੀਤਾ, ਮੈਨੂੰ ਤਾਂ ਪੁੱਤਰ ਨੇ ਧੀ ਨੇ ਦੁਖੀ ਕੀਤਾ, ਨੂੰਹ ਨੇ ਦੁਖੀ ਕੀਤਾ। ਮਨਮੁੱਖ ਦੀ ਕੋਈ ਨਿਸ਼ਾਨੀ ਆ ਕਿ ਉਹ ਆਪਣੇ ਦੁੱਖ ਦਾ ਕਾਰਨ ਦੂਜਿਆਂ ਨੂੰ ਕਹਿੰਦਾ। ਗੁਰਮੁਖ ਇੱਕੋ ਗੱਲ ਕਹਿੰਦਾ, ਕਿਤੇ ਗਲਤ ਕਰਮ ਹੋ ਗਿਆ ਇਸ ਕਰਕੇ ਦੁੱਖ ਆ ਗਿਆ। ਪਾਤਸ਼ਾਹ ਗਰੰਟੀ ਇੱਕ ਦਿੰਦੇ ਨੇ, ਕਹਿੰਦੇ ਸਦਾ ਰਹੇ ਕੰਚਨ ਸੀ ਕਾਇਆ, ਕਿਰਪਾ ਕਰੇ ਜਰਾ। ਆਪ ਜੀ ਦੇ ਸਾਹਮਣੇ ਆਪਣੇ ਸਾਹਮਣੇ ਵੀ ਸ਼ੀਸ਼ਾ ਰੱਖਦਾ ਬਾਣੀ ਦਾ, ਦੇਖਦਾ ਹਾਂ ਮਨ ਕਿਤੇ ਵੀ ਨਹੀਂ ਅਜੇ ਖੜਾ। ਕਾਰਨ ਕੀ ਅਰੋਗੀ ਕਿਉਂ ਹੋ ਗਏ? ਤੇ ਪਾਤਸ਼ਾਹ ਕਹਿੰਦੇ ਸਦਾ ਰਹੇ ਕੰਚਨ, ਕੰਚਨ ਕਹਿੰਦੇ ਸੋਨਾ, ਸੋਨੇ ਵਰਗੀ ਸਦਾ ਦੇ ਰਹਿੰਦੀ ਆ। ਸਦਾ ਰਹੇ ਕੰਚਨ ਸੀ ਕਾਇਆ, ਰੋਗ ਨਾ ਕਬ ਹੋ ਗਿਆ ਪਰ ਅਸਲ ਕਾਰਨ ਪਤਾ ਕੀ ਹੋਇਆ? ਮੇਰੀਆਂ ਮਾਤਾਵਾਂ, ਭੈਣਾਂ, ਬੀਬੀਆਂ, ਬੱਚੀਆਂ ਬੈਠੀਆਂ ਨੇ, ਬਜ਼ੁਰਗ ਭਰਾ ਬੱਚੇ ਬੈਠੇ ਨੇ,
ਕੁਦਰਤ ਨੇ ਇਹੋ ਜਿਹੀ ਬਣਤਰ ਬਣਾਈ। ਕੱਲ ਰੱਖਾਂਗੇ ਇੱਕ ਸ਼ਬਦ ਥੱਲੇ ਕਾਮ ਦੇ ਦੁਆਰ ਦਾ, ਉੱਪਰ ਨਾਮ ਦਾ ਦੁਆਰ ਹੈ। ਬਦਕਿਸਮਤੀ ਥੱਲੇ ਦੇ ਦੁਆਰਿਆਂ 'ਚ ਖਪ ਕੇ ਹੀ ਮਰ ਗਏ। ਜਿਸ ਘੋੜੇ ਨੇ ਸਵਾਰੀ ਕਰਕੇ ਪਰਮਾਤਮਾ ਤੱਕ ਜਾਣਾ ਸੀ ਉਸਨੂੰ ਰੋਗੀ ਕਰ ਦਿੱਤਾ। ਜੈ ਪ੍ਰਸਾਦ ਤੇਰੀ ਕੰਚਨ ਦੇ, ਜਿਸ ਦੀ ਕਿਰਪਾ ਨਾਲ ਤੇਰੀ ਸੋਨੇ ਵਰਗੀ ਦੇਹ ਰਹਿਣੀ ਸੀ। ਬਾਬਾ ਕਬੀਰ ਇੱਕ ਬਚਨ ਕਰਦੇ ਕਹਿੰਦੇ, ਕਹਿੰਦੇ ਕਾਮੀ ਕਾ ਗੁਰੂ ਕਾਮਨੀ, ਲੋਭੀ ਕਾ ਗੁਰੂ ਦਾਮ, ਕਬੀਰ ਕਾ ਗੁਰੂ ਸੰਤ ਹੈ, ਸੰਤ ਕਾ ਗੁਰੂ ਨਾਮ। ਸਰੀਰ ਉਸ ਕਾਬਲ ਹੀ ਨਹੀਂ ਰਹਿ ਗਿਆ ਕਿ ਕੁਝ ਮਿੰਟ ਬੈਠ ਸਕੇ, ਕੁਝ ਘੰਟੇ ਬੈਠ ਸਕੇ ਬੰਦਗੀ। ਕਦੇ ਗੋਡੇ ਦੁਖਦੇ, ਕਦੇ ਮੋਢੇ ਦੁਖਦੇ, ਕਦੇ ਸਿਰ ਦੁਖਦਾ, ਕਦੇ ਅੱਖਾਂ ਦੁਖਦੀ। ਕਾਰਨ ਕੀ? ਕਿਉਂਕਿ ਖਪ ਗਿਆ, ਖਪਾ ਲਿਆ ਸਰੀਰ ਨੂੰ। ਜਿਸ ਸਰੀਰ ਨੇ ਬੰਦਗੀ ਕਰਨੀ ਸੀ ਉਹ ਵਧੀਆ ਕਰਨ ਲੱਗ ਪਿਆ। ਵਸਤ ਤਿਸ ਆਗੇ ਰੱਖਿਆ, ਜਿਸ ਦਾ ਹੈ ਨਾ ਉਹਦੇ ਅੱਗੇ ਰੱਖਦੇ ਦਾਦਾ ਆਹਾ ਹੀ ਕੋਈ ਹੈ। ਕਿਹੋ ਜਿਹਾ ਕੁਚਲ ਕਠੋਰ ਕਪਟ ਕਾਮੀ, ਸੁਣਨਾ ਨੀ ਜਰਾ ਵਰਾਇਟੀ ਕੀ ਹੈ ਇਹਦੀ। ਕੁਚਲ ਕਹਿੰਦਾ ਕੁਚਲਣ ਵੀ ਆ, ਕਠੋਰ ਵੀ ਆ, ਪੱਥਰ ਭੰਨ ਸੁੱਟੇ। ਅੰਦਰ ਦਿਆਲਤਾ ਦੀ ਨਿਸ਼ਾਨੀ ਵੀ ਹੈ, ਨਹੀਂ ਪ੍ਰੇਮ ਦੀ ਕੋਈ ਨਿਸ਼ਾਨੀ ਨਹੀਂ ਨਜ਼ਰ ਆਉਂਦੀ। ਜਿਵੇਂ ਪੱਥਰ ਵੱਜਦਾ ਹੈ ਤਾਂ ਦੂਜੇ ਦੇ ਸੀਨੇ 'ਚ ਵੱਜਦਾ ਹੈ। ਰੱਬ ਵਰਗਾ ਬਣਨਾ ਪੈਣਾ, ਕਬੀਰ ਸਾਹਿਬ ਕਹਿੰਦੇ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਰੱਬ ਕਿਤੇ ਉਹਨੇ ਤੈਨੂੰ ਮਿਲਣਾ, ਤੈਨੂੰ ਰੱਬ ਵਰਗਾ ਬਣਨਾ ਪੈਣਾ। ਰੱਬ ਕੋਈ ਬੰਦਾ ਤਾਂ ਹੈ ਨਹੀਂ ਜਿਸ ਤਰ੍ਹਾਂ ਉਹਦਾ ਬਣ ਜਾਣਾ। ਸਤਿਗੁਰ ਕਹਿੰਦੇ ਗੁਣਾਂ ਦਾ ਖਜ਼ਾਨਾ ਹੈ ਕਾਬਲ। ਕੀ ਗੁਣ ਹੈ ਜੀ ਉਸ 'ਚ? ਕਹਿੰਦੇ ਉਹ ਨਿਰਵੈਰ ਹੈ, ਤੂੰ ਨਿਰਵੈਰ ਹੋ ਜਾ। ਬਾਣੀ ਨਿਰਵੈਰ ਦੀ ਪੜ੍ਹਦੇ ਹਾਂ, ਬਾਣੀ ਨਿਰਵੈਰ ਦੀ ਸੁਣਦੇ ਹਾਂ, ਅੰਦਰ ਵੈਰ ਕੁੱਟ ਕੁੱਟ ਕੇ ਭਰਿਆ ਹੋਇਆ। ਗੱਲਾਂ ਈਸ਼ਵਰ ਦੀਆਂ ਕਰਦਾ, ਅੰਦਰ ਈਰਖਾ ਕੁੱਟ ਕੁੱਟ ਕੇ ਭਰੀ ਹੋਈ।
ਰੱਬ ਦੇ ਪਿਆਰੇ ਕਹਿੰਦੇ ਨੇ ਉਹ ਦਾਤਾ ਹੈ, ਵੰਡਦਾ ਹੈ, ਤੂੰ ਵੀ ਵੰਡਿਆ ਕਰ, ਕਿਰਪਾ ਕਰੇਗਾ। ਉਹ ਦਾਤਾ ਹੈ, ਵੰਡਦਾ ਹੈ, ਤੂੰ ਸੁਭਾਅ ਬਣਾ ਵੰਡਣ ਦਾ। ਕਹਿੰਦਾ ਜੀ ਰੋਟੀ ਖਾਣ ਨੂੰ ਨੀ ਵੰਡੀਏ ਕੀ? ਠੀਕ ਹੈ ਤੇਰੇ ਕੋਲ ਧਨ ਹੈ ਨੀ, ਮਾਲ ਹੈ ਨੀ, ਨਾ ਵੰਡ, ਪਰ ਦੋ ਪ੍ਰੇਮ ਦੇ ਸ਼ਬਦ ਤਾਂ ਵੰਡ ਹੀ ਸਕਦਾ। ਤੂੰ ਤਾਂ ਉਹ ਵੀ ਕਸਮ ਖਾਧੀ ਆ, ਦੋ ਪ੍ਰੇਮ ਦੇ ਸ਼ਬਦ ਕਿਸੇ ਨੂੰ ਬੋਲਣੇ ਨੀ, ਦੂਜੇ ਦਾ ਸੀਨੇ ਪਾੜ ਸੁੱਟਣਾ। ਵੰਡਣਾ ਤੇ ਸਿੱਖ ਤਾਂ ਪ੍ਰੇਮ ਦੇ ਸ਼ਬਦ ਹੀ ਵੰਡਦਿਆ ਕਰ, ਉਹਦਾ ਤੇ ਕੋਈ ਮੁੱਲ ਨਹੀਂ ਲੱਗਦਾ। ਖਾਣ ਪੈਂਦਾ, ਖਾਣ ਪੈਂਦਾ, ਜਿਵੇਂ ਮਾਲ ਹੀ ਦੇਣਾ ਹੁੰਦਾ। ਸਤਿਗੁਰ ਬੰਦੇ ਧੰਨ ਗੁਰੂ ਗਰਮੀ ਧੰਨ ਪਾਤਸ਼ਾਹ, ਜਦੋਂ ਜ਼ਫ਼ਰਨਾਮਾ ਲਿਖਿਆ ਲੈਟਰ ਆਫ ਵਿਕਟਰੀ ਔਰੰਗਜ਼ੇਬ ਨੂੰ, ਸਤਿਗੁਰ ਕਹਿੰਦੇ ਨੇ ਤੂੰ ਗਾਂਗੜ ਆ ਜਾ। ਔਰੰਗਜ਼ੇਬ ਨੂੰ ਲਿਖਿਆ ਆ, ਕਿਰਪਾ ਕਰਿਓ ਦੇਖ ਨਿਰਵੈਰ ਕਿਹੋ ਜਿਹਾ ਸਤਿਗੁਰ ਹੈ। ਪਾਤਸ਼ਾਹ ਕਹਿੰਦੇ ਤੇਰਾ ਸਮਾਂ ਥੋੜ੍ਹਾ ਰਹਿ ਗਿਆ, ਧਾਲੀਵਾਲ ਪਰਿਵਾਰ ਜਿਹੜੇ ਨੇ ਉਹ ਮੇਰੇ ਬੜੇ ਵਫ਼ਾਦਾਰ ਨੇ, ਇੱਥੇ ਬਰਾੜਾ ਦੀ ਸਿੱਖੀ ਸੇਵ ਕੀ ਹੈ ਮੇਰੀ, ਤੇਰਾ ਵਾਲ ਵਿੰਗਾ ਨਹੀਂ ਹੋਏਗਾ। ਮੈਂ ਤੈਨੂੰ ਯਕੀਨ ਦਵਾਉਣਾ ਚਾਹੁੰਦਾ ਜੇ ਤੂੰ ਮੇਰੇ ਕੋਲ ਆ ਜਾਏ ਬੈਠ ਕੇ ਗੱਲ ਹੋ ਸਕਦੀ ਆ, ਜੇ ਕਿਤੇ ਤੂੰ ਦਰਸ਼ਨ ਕਰ ਲੈ ਨਾ ਮੈਂ ਤੈਨੂੰ ਬਹਿਸ਼ਤ ਬਖਸ਼ ਦਿਆਂ। ਇੱਕ ਵਾਰੀ ਕਹਿ ਦਿਓ ਸਤਨਾਮ। ਵਾਹਿਗੁਰੂ। ਹੈਰਾਨੀ ਨਹੀਂ, ਪਿਤਾ ਦਾ ਕਾਤਲ ਹੋਵੇ, ਮਾਂ ਦਾ ਕਾਤਲ ਹੋਵੇ, ਪੁੱਤਰਾਂ ਦਾ ਕਾਤਲ ਹੋਵੇ, ਉਹਦੇ ਸਿੱਖਾਂ ਦਾ ਕਾਤਲ ਹੋਵੇ, ਤਹਿਸ ਨਹਿਸ ਕਰ ਉੱਤੇ ਹੁਣ ਧਾਰਮਿਕ ਅਸਥਾਨ। ਐਡਾ ਦਿਆਲ ਸੰਗਤ ਕਹਿੰਦੇ ਇੱਕ ਵਾਰੀ ਤਾਂ ਆ ਜਾ, ਤੈਨੂੰ ਬੇਸ਼ਤ ਬਖਸ਼ਦੇ ਹਾਂ। ਇਸ ਨੂੰ ਕਹਿੰਦੇ ਨੇ ਨਿਰਵੈਰ ਦਾ। ਜਮ ਵੀ ਡਰ ਨੂੰ ਕਹਿੰਦੇ ਨੇ, ਜੇ ਅਖਰੀ ਮਤਲਬ ਇਹਦਾ ਦੇਖ ਲਈਏ। ਮੇਰ ਪੈ ਸਤਿਗੁਰ ਆਗਰੇ ਬੈਠੇ ਸਨ ਪਾਤਸ਼ਾਹ ਜੀ, ਬਹਾਦਰ ਸ਼ਾਹ ਨਾਲ ਸੀ। ਇੱਕ ਸਾਲ ਦੀ ਐਗਰੀਮੈਂਟ ਹੋਈ ਸੀ ਪਾਤਸ਼ਾਹ ਜੀ ਦੇ ਨਾਲ, ਤੇ ਇੱਕ ਸਾਲ ਬਾਅਦ 22 ਪੁਆਇੰਟਾਂ 'ਤੇ ਐਗਰੀਮੈਂਟ ਹੋਈ ਸੀ। ਉਹਦੇ ਵਿੱਚੋਂ ਇੱਕ ਇਹ ਵੀ ਸੀ ਕਿ ਇੱਕ ਸਾਲ ਬਾਅਦ ਅਨੰਦਪੁਰ ਸਾਹਿਬ ਵਾਪਸ ਕਰ ਦਿੱਤਾ ਜਾਏਗਾ। 22 ਬੰਦਿਆਂ ਦੀ ਹੀ ਲਿਸਟ ਦਿੱਤੀ ਸੀ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ, ਅਤੇ ਤੁਸੀਂ ਸਾਡੇ ਸਪੁਰਦ ਕਰੋਗੇ, ਸਾਨੂੰ ਦਿਓਗੇ ਇਹਨਾਂ ਨੂੰ, ਅਸੀਂ ਇਹਨਾਂ ਨੂੰ ਸਖ਼ਤ ਸਜਾਵਾਂ ਦਿਆਂਗੇ। ਰਾਜਨੀਤੀ ਤਾਂ ਕਿਸੇ ਦੀ ਸਖੀ ਨਹੀਂ ਹੁੰਦੀ, ਗੁੱਸਾ ਨਾ ਕਰਿਓ, ਰਾਜਨੀਤੀ ਕਿਸੇ ਦੀ ਸਖੀ ਨਹੀਂ ਹੁੰਦੀ। ਕੁਰਸੀ ਉੱਥੇ ਹੋਵੇ, ਮੈਂ ਤੁਹਾਡਾ ਬੱਚਾ ਹਾਂ ਕਿਵੇਂ ਕਰਦਾ ਹਾਂ, ਕੁਰਸੀ ਉੱਥੇ ਕੁ ਹੋਵੇ ਬੰਦੇ ਨੂੰ ਦੂਰ ਦਿਸੇ, ਉਹਨੂੰ ਨਾ ਚੋਰ ਨਾਲ ਹੁੰਦਾ ਨਾ ਸਾਧ ਨਾਲ ਹੁੰਦਾ। ਜੇ ਤਾਂ ਉਹਨੂੰ ਪਤਾ ਲੱਗਿਆ ਕਿ ਸਾਧ ਮਾਰਨ ਨਾਲ ਕੁਰਸੀ ਮਿਲ ਜਾਣੀ, ਉਹਨੇ ਸਾਧ ਮਾਰ ਦੇਣਾ।
ਜੇ ਉਹਨੂੰ ਇਹ ਹੋਇਆ ਕਿ ਚੋਰ ਅੜਿੱਕਾ ਹੈ, ਉਹਨੇ ਚੋਰ ਮਾਰ ਦੇਣਾ, ਨਾ ਉਹਨੂੰ ਚੋਰ ਨਾਲਾ, ਨਾ ਸਾਧ ਨਾਲਾ, ਉਹਨੂੰ ਤਾਂ ਕੁਰਸੀ ਨਾਲਾ। ਰਾਜਨੀਤੀ ਤਾਂ ਬੇਈਮਾਨੀ ਦਾ ਨਾਂ ਹੀ ਆ, ਝੂਠ ਦਾ ਨਾਂ। ਬਹਾਦਰ ਸ਼ਾਹ ਨੂੰ ਪਤਾ ਸੀ, ਇਸ ਕਰਕੇ ਪਾਤਸ਼ਾਹ ਨੂੰ ਇਕੱਲਾ ਨਹੀਂ ਛੱਡਣਾ ਸੀ, ਨਾਲ ਨਾਲ ਰੱਖਿਆ। ਆਗਰੇ ਪਹੁੰਚ ਗਏ, ਰਾਜਨੀਤੀ ਨੂੰ ਪਤਾ ਹੁੰਦਾ ਬੰਦੇ ਨੂੰ ਕਿਹੜੇ ਵੇਲੇ ਕਿੱਥੇ ਰੱਖਣਾ, ਕਿਹੜੇ ਵੇਲੇ ਉਹਦੀਆਂ ਜੜ੍ਹਾਂ ਹਿੱਤੇ ਹੁੰਦੇ, ਪਤਾ ਹੁੰਦਾ। ਪਰ ਕਿਸੇ ਦਾ ਨਾ ਬੇਟਾ ਰਾਜਨੀਤਿਕ ਦਾ, ਉਹ ਕਹਿਣ ਲੱਗਾ ਪਿਤਾ ਜੀ ਮੈਂ ਵੀ ਰਾਜਨੀਤੀ 'ਚ ਪ੍ਰਵੇਸ਼ ਹੋਵਾਂ। ਉਹ ਕਹਿੰਦੇ ਬੜੀ ਡੇਲੀ ਖੀਰ ਹੈ, ਤੂੰ ਜਾਣਦੇ ਨਾ ਖਾ। ਕਹਿੰਦੇ ਇਹਦੇ 'ਚ ਕੋਈ ਕੁਆਲੀਫਿਕੇਸ਼ਨ ਦੀ ਲੋੜ ਨਹੀਂ ਪੈਂਦੀ, ਬਹੁਤੇ ਸਿਆਣਪ ਦੀ ਵੀ ਲੋੜ ਨਹੀਂ ਪੈਂਦੀ, ਮੈਂ ਤਾਂ ਬਣਨਾ ਹੀ ਬਣਨਾ, ਤੁਸੀਂ ਮੈਨੂੰ ਦਾਸ ਸਿਖਾਓ। ਕਹਿੰਦੇ ਜਾਣਦੇ ਮਾੜੀ ਗੱਲ ਹੈ। ਕਹਿੰਦੇ ਮੈਨੂੰ ਇੱਕ ਦਾਸ ਤਾਂ ਸਿਖਾ ਦਿਓ, ਫਿਰ ਅੱਗੇ ਦੇਖਾਂਗੇ। ਕਹਿੰਦਾ ਤੂੰ ਛੱਤ 'ਤੇ ਚੜ੍ਹ ਜਾ, ਮੁਕਾਮ ਦੇ ਚੜ੍ਹਾ ਲਿਆ, ਆਪ ਥੱਲੇ ਖੜਾ ਹੋ ਗਿਆ ਬਾਪ। ਕਹਿੰਦਾ ਛਾਲ ਮਾਰ। ਕਹਿੰਦੇ ਪਿਤਾ ਜੀ ਇਹ ਕੀ ਗੱਲ, ਮੇਰੀਆਂ ਲੱਤਾਂ ਟੁੱਟ ਜਾਣ। ਕਹਿੰਦੇ ਮੈਂ ਤੇਰਾ ਬਾਪ ਹਾਂ, ਤੈਨੂੰ ਇਹਨਾਂ ਭਰੋਸਾ ਨਹੀਂ, ਮੈਂ ਤੈਨੂੰ ਬਚਾ ਲੈਣਾ ਥੱਲੇ। ਤੈਨੂੰ ਕੋਲ ਜਦ ਕਿਹਾ ਨਾ, ਕਹਿੰਦੇ ਮੈਂ ਖੜਾ, ਤੂੰ ਛਾਲ ਮਾਰ ਕਰ। ਜਿਉਂ ਹੀ ਛਾਲ ਮਾਰੀ ਪਿੱਛੇ ਹਟ ਗਿਆ, ਲੱਤਾਂ ਤੁੜਾ ਲਈਆਂ। ਕਹਿੰਦੇ ਇਹ ਕੀ ਕੀਤਾ? ਕਹਿੰਦੇ ਇਹਦਾ ਨਾ ਇੱਕ ਰਾਜਨੀਤੀ ਹੈ, ਸਕੇ ਪਿਓ ਨੂੰ ਨਹੀਂ ਦੱਸਣਾ ਮੈਂ ਕਹਿਣਾ ਕੀ ਅਤੇ ਕਰਨਾ ਕੀ ਹੈ, ਖਿਮਾ ਕਰਨਾ ਜਰਾ। ਚਮਕੌਰ ਦੀ ਜੰਗ ਹੋ ਕੇ ਹਟੀ ਸੀ, ਅਜੇ ਤਾਜ਼ੇ ਜ਼ਖਮ ਸੀ। ਕਾਜੀ ਮੁੱਲਾਂ ਬੈਠੇ ਨੇ, ਕਿਸੇ ਦਾ ਭਰਾ ਨਹੀਂ ਰਿਹਾ, ਕਿਸੇ ਦਾ ਪੁੱਤ ਨਹੀਂ ਰਿਹਾ, ਕਿਸੇ ਦਾ ਰਿਸ਼ਤੇਦਾਰ ਨਹੀਂ ਸੀ ਰਿਹਾ, ਜਾਣਦੇ ਨਹੀਂ ਸੀ। ਇੱਕ ਬੇਨਤੀ ਕਰਾਂ, ਮੇਰੇ ਭਰਾ ਬੈਠੇ ਨੇ, ਬੰਦਾ ਹਰ ਚੀਜ਼ ਬਰਦਾਸ਼ਤ ਕਰ ਲੈਂਦਾ, ਇੱਕ ਗੱਲ ਨਹੀਂ ਬਰਦਾਸ਼ਤ ਹੁੰਦੀ, ਮੈਂ ਵੀ ਤੁਹਾਡੇ ਨਾਲ ਹੀ ਹਾਂ ਉਸ ਗੱਲ 'ਤੇ। ਦੂਜੇ ਦੀ ਚੜ੍ਹਦੀ ਕਲਾ ਨਹੀਂ ਜਾਣਦਾ ਬੰਦਾ, ਧੁਖਦਾ ਹੁੰਦਾ, ਧੁਖਦਾ, ਸੜਦਾ, ਭੁੱਜਦਾ, ਫਿਰ ਗਾਲਾਂ 'ਤੇ ਆ ਜਾਂਦਾ, ਫਿੱਕਾ ਬੋਲਣ 'ਤੇ ਆ ਜਾਂਦਾ। ਤਾਂ ਮੇਰੇ ਮਾਲਕ ਬੈਠੇ ਨੇ, ਕਾਜ਼ੀਆਂ ਨੇ ਮੁੱਲਾਂ ਨੇ ਸਵਾਲ ਕਰ ਦਿੱਤਾ, ਕੋਈ ਕਰਾਂ ਬਾਤ ਦਿਖਾਓਗੇ? ਕੌਣੀਆਂ ਦੇ ਰਚਨਹਾਰ ਬਾਦਸ਼ਾਹ ਬੈਠੇ ਨੇ, ਪੁੱਛਦੇ ਨੇ ਕੋਈ ਕਰਾਂ ਬਾਤ ਦਿਖਾਓ। ਸਤਿਗੁਰ ਬਹਾਦਰ ਸ਼ਾਹ ਵੱਲ ਹੱਥ ਕਰਕੇ ਕਹਿਣ ਲੱਗੇ, ਕਿੰਨੀ ਕਰਾਮਾਤ ਹੈ ਇਸ ਦੀ। ਇੱਕ ਵਾਰੀ ਹੁਕਮ ਮੂੰਹ ਚੋਂ ਕੋਈ ਸ਼ਬਦ ਕੱਢਦਾ ਤੇ ਲੱਖਾਂ ਲੋਕ, ਹਜ਼ਾਰਾਂ ਲੋਕ ਹੁਕਮ ਪਾਲਣ ਲਈ ਖੜੇ ਹੁੰਦੇ ਨੇ, ਕਿੰਨੀ ਕਰਾਮਾਤ ਹੈ ਇਸ ਦੀ। ਇਹ ਮੁੱਲਾ ਕਹਿੰਦੇ ਨੇ ਇਹ ਤਾਂ ਬਹਾਦਰ ਸ਼ਾਹ ਜੀ ਦੀ ਕਰਾਮਾਤ ਹੈ, ਰਾਜੇ ਦੀ ਕਰਾਮਾਤ ਹੈ, ਸ਼ਹਿਨ ਸ਼ਾਹ ਦੀ ਕਰਾਮਾਤ ਹੈ, ਆਪਣੀ ਕਰਾਮਾਤ ਦੱਸੋ। ਸਤਿਗੁਰਾਂ ਨੇ ਅਸ਼ਰਫੀ ਕੱਢੀ, ਰੁਪਈਆ ਕਹਿ ਲਈਏ, ਕਹਿੰਦੇ ਇਸ ਦੀ ਵੀ ਬੜੀ ਕਰਾਮਾਤ ਹੈ। ਇਹ ਮਾਇਆ ਜਿਸ ਕੋਲ ਹੁੰਦੀ ਹੈ, ਉਹਦੇ ਵੱਡੇ ਤੋਂ ਵੱਡੇ ਪਾਪ ਤੇ ਗੁਨਾਹਾਂ ਨੂੰ ਢੱਕ ਦਿੰਦੀ ਹੈ। ਇੱਕ ਵਾਰੀ ਕਹਿ ਦਿਓ ਸਭ ਨੂੰ, ਫਿਰ ਕਿਰਪਾ ਕਰੋ, ਮੈਂ ਬੇਨਤੀ ਕਰਨਾ ਚਾਹੁੰਦਾ। ਪਾਤਸ਼ਾਹ ਕਹਿੰਦੇ ਦੇਖ ਇਸ ਦੀ ਕਰਾਮਾਤ ਕੀ, ਇਸ ਮਾਇਆ ਦੀ। ਇਹ ਜਿਸ ਦੇ ਕੋਲ ਹੁੰਦੀ ਆ, ਉਸਦੇ ਵੱਡੇ ਤੋਂ ਵੱਡੇ ਔਗੜਾਂ ਨੂੰ ਢੱਕ ਦਿੰਦੀ ਆ।
ਵੱਡੇ ਬੰਦੇ ਨੂੰ ਡਰਦਾ ਕੋਈ ਕਹਿੰਦਾ ਨਹੀਂ ਵੀ ਤੂੰ ਪਾਪ ਕਰਦਾ। ਤੇ ਮੁਲੰਗਾ ਜੀ ਕਹਿੰਦੇ ਨੇ ਇਹ ਤਾਂ ਇਸ ਦੀ ਕਰਮ ਮਤ ਹੈ, ਆਪਣੀ ਕਰਮ ਮਤ ਦਿਖਾਓ। ਮੈਂ ਪਾਤਸ਼ਾਹ ਜੀ ਨੇ ਸ੍ਰੀ ਸਾਹਿਬ ਦੇ ਉਸ ਮੁੱਠੇ ਤੇ ਹੱਥ ਰੱਖ ਕੇ ਅੱਧੀ ਕੁ ਵਾਰ ਖਿੱਚ ਲਈ ਜਾਂਦਾ, ਕਹਿੰਦੇ ਕਰਾਮਾਤ ਦੇਖਣੀ, ਇਸ ਦੀ ਇਹ ਕਰਾਮਾਤ ਹੈ ਵੱਡੇ ਵੱਡੇ ਜ਼ਾਲਮ ਬਾਦਸ਼ਾਹੀਆਂ ਦੀਆਂ ਜੜ੍ਹਾਂ ਪੁੱਟਣ ਦੀ ਆ, ਵੱਡੇ ਵੱਡੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਕੇ ਨਿਸ਼ਾਨ ਖਤਮ, ਨਿਸ਼ਾਨ ਵੀ ਨਹੀਂ ਰਹਿਣ ਦਿੰਦੀ। ਬਹਾਦਰ ਸ਼ਾਹ ਦੇਖ ਰਿਹਾ ਸੀ, ਗੱਲ ਸਮਝ ਆ ਗਈ ਕਿ ਇਹ ਗੱਲ ਅੱਜ ਨਹੀਂ ਤੇ ਕੱਲ੍ਹ ਨਹੀਂ, ਇਹ ਵਿਗੜ ਜਾਣੀ ਹੈ। ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਛੱਡਦੀ ਹੈ, ਜ਼ਾਲਮਾਂ ਦੇ ਨਾਮ ਨਿਸ਼ਾਨ ਮਿਟਾ ਦਿੰਦੀ ਆ। ਜੋੜੀਏ ਮੰਨ ਲੋ ਚ
ਗੁਰ ਸ਼ਬਦੀ ਤੇਰੀ ਮਨ ਹੋਰੀ ਹੈ ਇਹ ਇੰਨਾ ਕਾਬੂ ਆਉਂਦਾ। ਹੁਣ ਸਵਾਲ ਇਸ ਗੱਲ ਦਾ ਵੀ ਜੇ 30-35 ਮਿੰਟ ਪੰਜ ਬਾਣੀਆਂ ਪੜ੍ਹ ਵੀ ਲਈਆਂ ਸੀ, 3.5 ਘੰਟੇ ਨੂੰ ਪੁੱਛੀਏ ਕੀ ਕਰਦਾ ਕੀ ਆ, 3.5 ਘੰਟੇ ਦਾ ਹਿਸਾਬ ਦੇ ਉਹ ਵੀ ਦੱਸ ਤੂੰ ਕਰਦਾ ਕੀ ਆ, 1/2 ਘੰਟਾ ਬਾਣੀ ਕਾਹਦੀ ਪੜ੍ਹਦਾ, ਇਹਦਾ ਅਖਬਾਰ ਪੜ੍ਹਦਾ ਕਾਹ, ਸਫਾਈ ਦੇਖੀ ਜਾਂਦਾ ਮੁਕਦਾ ਹੀ ਨਹੀਂ। ਆਖੋ ਸਤਨਾਮ ਸੌਦਾ ਪ੍ਰੇਮ ਦਾ ਤੇ ਪ੍ਰੀਤ ਦਾ ਗੁਣ ਕਹੋ, ਮੇਰੇ ਪਾਤਸ਼ਾਹ ਆਗਰੇ ਬੈਠੇ ਸਨ, ਬਹਾਦਰ ਸ਼ਾਹ ਨੂੰ ਪਤਾ ਲੱਗ ਗਿਆ ਵੀ ਇਹ ਗੱਲ ਵਿਗੜ ਜਾਣੀ ਆ। ਜਿਸ ਦਿਨ ਪਹੁੰਚ ਗਏ ਨੰਦੇੜ, 1 ਸਾਲ ਤੇ 5 ਦਿਨ ਹੋ ਗਏ ਸੀ, ਬਹਾਦਰ ਸ਼ਾਹ ਗੋਦਾਵਰੀ ਦੇ ਦੂਜੇ ਪਾਸੇ ਬੈਠਾ ਸੀ, ਪਾਤਸ਼ਾਹ ਇਸ ਪਾਸੇ ਬੈਠੇ ਸੀ। 5 ਦਿਨ ਸੁਨੇਹਾ ਭਜਵਾਉਂਦਾ ਰਿਹਾ ਅੱਗੇ ਚੱਲਣਾ, ਸਤਿਗੁਰੂ ਕਹਿੰਦੇ ਨਹੀਂ ਜਾਣਾ, 1 ਸਾਲ ਦਾ ਵਾਅਦਾ ਕੀਤਾ ਸੀ ਤੇਰੇ ਨਾਲ ਭੁਗਤਾ ਦਿੱਤਾ, ਹੁਣ ਦਾ ਫੈਸਲਾ ਕੀ ਆ। ਚਲਾਕੀ ਤਾਂ ਬਹੁਤ ਆਉਂਦੀ ਨਾ, ਅਸੀਂ ਜਿੰਨੇ ਕਲਯੁਗ ਦੇ ਲੋਕ ਹਾਂ ਇੱਕ ਸ਼ਾਸਤਰ ਬਹੁਤ ਪੜ੍ਹਿਆ ਸੀ, ਉਹਨੂੰ ਚਲਾਕੀ ਸ਼ਾਸਤਰ ਕਹਿੰਦੇ ਆ। ਤਾਂ ਕਿਰਪਾ ਕਰੋ ਮੈਂ ਵਿਚਾਰ ਇੱਕ ਦੇਵਾਂ ਤੇ ਅੱਗੇ ਜਾ। ਕਲਯੁਗ ਦਾ ਬੰਦਾ ਚਲਾਕੀ ਸ਼ਾਸਤਰ ਪੜ੍ਹ ਗਿਆ, ਕੀ ਇਹ ਚਲਾਕੀ ਸ਼ਾਸਤਰ ਕੀ ਹੈ? ਸ਼ੱਕ ਕਰਨੀ, ਗੁਰੂ ਤੇ ਸ਼ੱਕ, ਗੁਰਬਾਣੀ ਤੇ ਸ਼ੱਕ, ਸਤਿਗੁਰ ਤੇ ਸ਼ੱਕ, ਭਰਾ ਤੇ ਸ਼ੱਕ, ਧੀ ਤੇ ਸ਼ੱਕ, ਮਾਂ ਤੇ ਸ਼ੱਕ, ਘਰਵਾਲੀ ਤੇ ਸ਼ੱਕ, ਘਰਵਾਲੇ ਤੇ ਸ਼ੱਕ। ਚਲਾਕੀ ਸ਼ਾਸਤਰ ਪੜ ਗਿਆ ਤੇ ਜੀਣ ਜੋਗਾ ਨਹੀਂ ਰਿਹਾ। ਪੁੱਛ ਲੈਣਾ ਮਨ ਜੇ ਕਿ ਗਲਤੀ ਖਾਲ ਚਿਪਕ ਲੈਣਾ ਮੈਨੂੰ, ਇਹ ਚਲਾਕੀ ਸ਼ਾਸਤਰ ਇਹੋ ਜਿਹਾ ਪੜਿਆ ਇਹਦੇ ਅੰਦਰੋਂ ਚੈਨ ਜਿਹੜੀ ਸੀ ਉਹ ਆਨੰਦ ਜਿਹੜਾ ਸੀ ਜਾਂਦਾ ਰਿਹਾ। ਬਹਾਦਰ ਸ਼ਾਹ ਹੀਰਾ ਲੈ ਕੇ ਆਇਆ, ਹੀਰਾ ਲੈ ਕੇ ਆਇਆ, 5 ਦਿਨ ਸੁਨੇਹਾ ਭਜਾਉਂਦਾ ਰਿਹਾ, ਖਤਰੇ ਬੜੇ ਨੇ, ਅਜੇ ਮੇਰਾ ਨਵਾਂ ਰਾਜ ਹੈ, ਜੇ ਮੈਂ ਤੁਹਾਡਾ ਵਚਨ ਮੰਨ ਲਿਆ ਤਾਂ ਮੇਰੇ ਰਾਜ 'ਚ ਬਗਾਵਤ ਹੋ ਜਾਣੀ। ਕਿਆ ਸੁਣ ਲਓ ਜੀ, ਮੇਰੇ ਰਾਜ ਵਿੱਚ ਬਗਾਵਤ ਹੋ ਜਾਣੀ ਹੈ ਤੇ 6ਵੇਂ ਦਿਨ ਮਿਲਣ ਆਇਆ। ਪਾਤਸ਼ਾਹ ਜੀ ਨੇ ਉਹ ਹੀਰਾ ਜਿਹੜਾ ਸੀ ਗੋਦਾਵਰੀ 'ਚ ਚੱਕ ਕੇ ਮਾਰਿਆ, ਕਹਿਣ ਲੱਗਾ ਪਾਤਸ਼ਾਹ ਇਹ ਤਾਂ ਬੜਾ ਕੀਮਤੀ ਸੀ, ਇੰਨਾ ਕੀਮਤੀ ਹੀਰਾ ਤੁਸੀਂ ਨਦੀ 'ਚ ਸੁੱਟ ਦਿੱਤਾ। ਸਤਿਗੁਰ ਕਹਿੰਦੇ ਕਿ ਜੇ ਸਾਡੇ ਬਚਨ ਦੀ ਕੀਮਤ ਨਹੀਂ ਨਾ, ਇਹਨਾਂ ਪੱਥਰਾਂ ਦੀ ਵੀ ਕੋਈ ਕੀਮਤ ਨਹੀਂ ਸਾਡੇ ਅੱਗੇ। ਸਾਰੀ ਜ਼ਿੰਦਗੀ ਬੀਤ ਕੇ ਪਰਿਵਾਰ ਨੂੰ ਖੁਸ਼ ਕਰਦੇ ਫਿਰ ਵੀ ਨਾ ਪਏ,
सारी जिंदगी बीत के संसार को खुश कर दे फिर भी ना होए, सारी जिंदगी बीत के धियां पुत्रां नूं खुश कर दे फिर भी ना होए। जा तो मेरा फायदा है सब जग तेरा, तो सारे संसार की भीड़ में जो मना लगा है एक ना यारी पाला एक ना मना ला एक ना पा यारी एक का बन जा। सारी जिंदगी सौदन हो गए भी अमृत छके सतगुर वाला हो जा। सिख पूछने लगे दाता जी पहलवान दुनी चंद दौड़ गया गल की हुई, हाथी पालिया तुसी हाथी पहलवानी सिखाई हाथी खुराक खिलाते रहे दौड़ क्यों गया। पातशाह कहते कि मनमुख सी, कहते पातशाह किवें हो सकता मनमुख हो गए, रोज नमस्कार करता सीत पर शाल आप जी का छकता सी। हम तो पढ़े लिखे बहुत लोग हो गए कहते झूठ खाण नाल की हो, कहते झूठ खाण नाल की हो, ये भी ठीक है ना क्योंकि इन्हें शराबियों की झूठ खाधी कहते सतगुरु का सीत पर शाल छकया होंगे तो गल वक्री होनी थी। शराबियों के नाल भी सांझ है सारी पाशियां ने मनमुख सी है दाता किमें हो सकता, रोज बाणी सुने तोड़े दर्शन करे सीत प्रशाद छके मनमुख किड़े पासे हो गया। कहते जो भी तुसी कहते सब कुछ यही करता सी जदों असी संगत विच ये वचन करते सी कि जिसने गुरु नानक का होना उसनों खंडे बाटे का अमृत छकना पैना अमृत छक के सतगुरु वाले बन जाओ। एक कोल बैठ के भी मनमुख ने अमृत नहीं छकया तो निगुर ही चला गया। साडा भी यही हाल है बहुत ज्यादा, बाकी बथेरा कुछ चक्की फिरते गुरु को पर गुरु का वचन नहीं कमाते। पता क्यों एक कहता बंधन फैशन नहीं होता। छोटे होंगे सीते माइया तो कद नूहा ने कहना मां ये बड़ा पुराना तेरा सूट आ कई साल का इन किसी दे दे सुट दे कौन दे काबल कहना नहीं 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 ये तो मेरे सगनों का सूट आ मेरे विह का सूट आ निशानी है आ कृपा करे जा ये तो निशानी है मेरी सुहाग की इन्होंने निशानी के तौर पर ही अंत तक रखा। सानू कोई पूछे दस तेरे को निशानी कोई है गुरु की है पंजा ककारा चो कोई तेरे नाल तो माई चंगी है जी विह का सूट रखी फिर दी है तू तो गुरु दिया निशानिया ही भुला दी तू तो भुला ही दिता गुरु कद कद रुमाल ही हो गए ना मित्र ने दिता है गुरमुखो रुमाल दो चार पांच रुपए का होएगा जे को कवे ना रुमाल मैं दे दे मैं तेन दस रुपए दे देना कहता इतना नहीं मैं देना तू मेरे भावे लख रुपए दे क्यों कहता ये तो मेरे मित्र की निशानी है ये तो मेरे मित्र की निशानी है ये तो मेरी जान तो भी प्यारा दस तेरे को सतगुरु की निशानी के लिए Thank you.
ਸਤਿਗੁਰ ਹੋਏ ਤਿਆ ਇਸ ਤਰ੍ਹਾਂ ਮਹਾਂਪੁਰਖਾਂ ਕੋਲ ਬੈਠੇ ਸੀ ਬੱਚੇ ਯਾਦ ਆ ਗਏ ਇੱਕ ਦੋ ਸਾਹਿਬ ਗੁਰਮੰਦ ਸਿੰਘ ਜੀ ਤੁਹਾਡੇ ਬਾਰੇ ਅਸੀਂ ਕਿਹਾ ਬਾਬਾ ਜੀ ਸਤਿਗੁਰ ਕਿਵੇਂ ਦਿਆਲੂ ਹੁੰਦਾ ਕਹਿੰਦੇ ਪਹਿਲਾਂ ਆਲੂ ਦੀ ਤਰ੍ਹਾਂ ਛਿੱਲ ਸੁੱਟਦਾ ਫਿਰ ਦਿਆਲੂ ਹੁੰਦਾ ਇਹ ਮੁਫਤ ਚ ਲੱਭਦਾ ਗੁਰੂ ਖੁਸ਼ ਹੋਏ ਉਹਦੇ ਸਿਰ ਮੰਗਦਾ ਉਹਦੇ ਸਿਰ ਮੰਗਦਾ ਗੱਲਾਂ ਨਾਲ ਨਹੀਂ ਉਦੋਂ ਸਾਕਾਰ ਹੋਵੇ ਤੇ ਪੁੱਛਦਾ ਵੀ ਪੁੱਛਦਾ ਜੋਗੇ ਵਰਗਿਆਂ ਨੂੰ ਕਿੱਥੋਂ ਆਇਓ ਰਾਤ ਕਿੱਥੇ ਕੱਢੀ ਇਹ ਮਨਮਤੀ ਨਹੀਂ ਭਗਤੀ ਕਰਦਾ ਫਿਰਦਾ ਗੱਲ ਜੁਗਾ ਸਕਦਾ ਤੇ ਪਾਤਸ਼ਾਹ ਕਹਿੰਦੇ ਭਾਈ ਦੇ ਭੈ ਦਿਨ ਭਗਤ ਨਾ ਹੋਏ ਤੈਨੂੰ ਗੱਲ ਤੇਰੇ ਅੰਦਰ ਦੀਦੇ ਦੇ ਡਰ ਹੀ ਨਹੀਂ ਰਿਹਾ ਸਤਿਗੁਰ ਦਾ ਤੂੰ ਮਨ ਮਰਦੀਆਂ ਕਰਦਾ ਸਜ਼ਾ ਵੀ ਤੇਰੀ ਫਿਰ ਮਨ ਮਰਜ਼ੀ ਦੀ ਉਹਨੇ ਦੇਣੀ ਤੈਨੂੰ ਤੇਰੀ ਮਰਜ਼ੀ ਆ ਤੂੰ ਫੈਸਲਾ ਕਰ ਜੀਵਨ ਨੂੰ ਕਿਵੇਂ ਬਿਤਾਉਣ ਦੋ ਤਰੀਕੇ ਨੇ ਗੁਰਮੁਖ ਜੀਵਨ ਬਿਤਾਉਣ ਦੇ ਸਮਾਂ ਹੋ ਚੱਲਦਾ ਇੱਕ ਤਾਂ ਹੈ ਗੁਰੂ ਆਗਿਆ ਵਿੱਚ ਰਹਿ ਕੇ ਜੇ ਜੀਵਨ ਕੋਈ ਬਿਤਾ ਲੈ ਉਹਨੂੰ ਕੋਈ ਸੱਚਖੰਡ ਲੱਭਣ ਦੀ ਲੋੜ ਨਹੀਂ ਉਹ ਰਹਿੰਦੇ ਹੀ ਸੱਚਖੰਡ ਵਿੱਚ ਨੇ ਦੂਸਰਾ ਤਰੀਕਾ ਹੈ ਮਨ ਦੀ ਮਰਜ਼ੀ ਨਾਲ ਜੀਵਨ ਬਿਤਾਉਣਾ ਜੇ ਮਨ ਦੀ ਮਰਜ਼ੀ ਨਾਲ ਕਿਸੇ ਨੇ ਜੀਵਨ ਬਿਤਾਉਣਾ ਉਹਨੂੰ ਨਰਕ ਲੱਭਣ ਦੀ ਲੋੜ ਨਹੀਂ ਉਹ ਰਹਿੰਦਾ ਹੀ ਨਰਕ 'ਚ ਆ ਇਹ ਦੋ ਫੈਸਲਾ ਕਰਨਾ ਕਿ ਗੁਰੂ ਅੱਗੇ 'ਚ ਰਹਿ ਕੇ ਜੀਵਨ ਬਿਤਾਉਣਾ ਜਾਂ ਮਨ ਮਰਜ਼ੀ ਦਾ ਆ ਦੇਖਿਆ ਨਹੀਂ ਤੁਸੀਂ ਕਦੀ ਪੁੱਛੀਏ ਤੁਸੀਂ ਅੰਮ੍ਰਿਤ ਵੇਲੇ ਨਹੀਂ ਉੱਠਦੇ ਕਹਿੰਦੇ ਮਨ ਨਹੀਂ ਮੰਨਦਾ ਤੁਸੀਂ ਨਿਰਨੇਮ ਨਹੀਂ ਕਰਦੇ ਕਹਿੰਦੇ ਮਨ ਨਹੀਂ ਮੰਨਦਾ ਤੁਸੀਂ ਦਸਵੰਧ ਨਹੀਂ ਕਰਦੇ ਕਹਿੰਦੇ ਮਨ ਨਹੀਂ ਮੰਨਦਾ ਜਿਹੜੀ ਗੱਲ ਪੁੱਛੋ ਕਹਿੰਦੇ ਮਨ ਨਹੀਂ ਮੰਨਦਾ ਸਤਿਗੁਰ ਕਹਿੰਦੇ ਮੇਰਾ ਤਾਂ ਕੋਈ ਸਿੱਖ ਹੀ ਨਹੀਂ ਨਜ਼ਰ ਆਉਂਦਾ ਮੈਂ ਪਾਤਸ਼ਾਹ ਜੀ ਬਾਣੀ ਕੋਟ ਕਰਨ ਲਗਾ ਤੇ ਸਾਨੂੰ ਦੱਸਣ ਪਾਤਸ਼ਾਹ ਕਹਿੰਦੇ ਮਨ ਮੁਰੀਦ ਸੰਸਾਰ ਹੈ ਆਓ ਆਖਰੀ ਵਿਚਾਰ ਕਹਿੰਦੇ ਅੱਜ ਇੰਨੇ ਬੈਠੇ ਮਨ ਦੇ ਚੇਲੇ ਬੈਠੇ ਨੇ ਪਾਤਸ਼ਾਹ ਕਹਿੰਦੇ ਮਨ ਦੀ ਮਰਜ਼ੀ ਨਾਲ ਕਹਿੰਦਾ ਜੀਵਨ ਬਿਤਾਉਣਾ ਦੁਖੀ ਹੋਣ ਦਾ ਕਾਰਨ ਇਹ ਹੈ ਜਿਹੜਾ ਸ਼ੁਰੂ ਅੱਜ ਹੋਇਆ ਸੀ ਸਤਿਗੁਰ ਕੀ ਸੇਵਾ ਚਾਹੇ ਮਾਲਕ ਕਹਿੰਦੇ ਮਨ ਮੁਰੀਦ ਸੰਸਾਰ ਹੈ ਗੁਰੂ ਮੁਰੀਦ ਕੋਈ ਸਾਧ ਮੈਂ ਫਿਰ ਵਰਦੀ ਦੀ ਗੱਲ ਨਹੀਂ ਕਰਦਾ ਜਿਹੜਾ ਸਿੱਧਾ ਆ ਸਾਦਾ ਆ ਸੱਚਾ ਆ ਕੱਲ ਵਿਚਾਰ ਕਰਾਂਗੇ ਸਾਧ ਸੰਤ ਤੇ ਸਿੱਧ ਜੇ ਕਿਹਨੂੰ ਪਾਤਸ਼ਾਹ ਕਹਿੰਦੇ ਸਾਧ ਕਿਹਨੂੰ ਸਿੱਧ ਕਹਿੰਦੇ ਨੇ ਕਿਹਨੂੰ ਸੰਤ ਕਹਿੰਦੇ ਨੇ ਗੁਰਮੁਖ ਕਿਹਨੂੰ ਕਹਿੰਦੇ ਨੇ ਗੁਰਮੁਖ ਤੇ ਬਹੁਤ ਉੱਚੀ ਹਸਤੀ ਹੈ ਗੁਰਮੁਖ ਗੱਲ ਵਿੱਚ ਪ੍ਰਗਟ ਹੋਆ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਸਤਿਗੁਰਾਂ ਦੇ ਮਹਾਨ ਬਖਸ਼ਿਸ਼ ਕਰਦੇ ਨੇ ਰੋਜ਼ ਧੰਨਵਾਦੀ ਹਨ ਪ੍ਰਬੰਧਕ ਸੱਜਣਾਂ ਦੇ
ਭਾਈ ਬਲਵੀਰ ਸਿੰਘ ਅਤੇ ਹੋਰ ਸਾਰਿਆਂ ਦੇ ਧੰਨਵਾਦੀ ਹਾਂ। ਸਮੂਹ ਸਾਧ ਸੰਗਤ ਜੀ ਦੇ ਆਪ ਜੀ ਬੜੇ ਪਿਆਰ ਨਾਲ ਵੱਡੀ ਗਿਣਤੀ ਵਿੱਚ ਰੋਜ਼ ਆਉਂਦੇ ਹੋ, ਆਸ਼ੀਰਵਾਦ ਦਿੰਦੇ ਹੋ, ਹੋਈਆਂ ਪੱਲਾਂ ਦੀ ਖਿਮਾ। ਆਓ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਫਿਰ ਖਿਮਾ ਮੰਗੀਏ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਅੰਕਾਰ ਸਤਿਗੁਰੂ ਆਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾਇਆ ਗਿਆ ਭਈਆ ਕਾਲ ਕੀ ਤਬ ਚਲਾਇਓ ਪੰਥ ਸਭ ਸਿੱਖਾਂ ਦਾ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕਹੋ ਮਿਲ ਬੋਚ ਹੈ ਕੋਜ ਸ਼ਬਦ ਮਲ ਹੈ ਰਾਜ ਕਰੇਗਾ ਖਾਲਸਾ ਆਗੀ ਰਹਿਣ ਹੋਏ ਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸ਼ਰਧਾ ਕਰ ਸੇਵਨ ਦੇ ਗੁਰ ਪਾਏ ਉਤਾਰਨ ਹਾਰ ਕੰਡਾ ਜਾ ਕੇ ਹਾਥ ਮੈਂ ਕਲਗੀਰ ਸੋ ਹੈ ਸੀਸ ਸੋਹ ਮਰੀ ਰੱਖਿਆ ਕਰੇ ਗੁਰ ਕਲਗੀ ਧਾਰ ਜਗਦੀ ਸੋਹ ਮਰੀ ਰੱਖਿਆ ਕਰੇ ਗੁਰ ਕਲਗੀ ਧਾਰ ਜਗਦੀ ਬੋਲੇ ਸਾਹਿਬ ਜੀ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾ ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤੇ ਪਦ ਰੇ ਮਨ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖ ਅਵਦਾਨ ਦੀਨਾ ਨਾਹਨ ਗੁਣ ਨਾਹਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖ ਅਵਦਾਨ ਤੇ ਦੀਨਾ ਵਾਹਿਗੁਰੂ ਜੀ ਕਾ
Thank you.
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।